ਇਹ ਵੀ ਗਰੀਬ ਬੰਦੇ ਨੇ ਜੀ, ਚਲੋ ਮੈਂ ਇਹ ਮੁੰਡਾ ਮਤਲਬ ਕੰਮ ਕਰਦਾ ਹੈਗਾ, ਮੈਂ ਉਹਨੂੰ ਲੈ ਕੇ ਦਿੱਤੀ ਸਕੂਟਰੀ ਵੀ, ਚੱਲ ਕੋਈ ਗੱਲ ਨਹੀਂ। ਅਤੇ ਹੁਣ ਆਪਾਂ ਇਹੀ ਚਾਹੁੰਦੇ ਵੀ ਦੇਖੋ ਉਹਦਾ ਵੀ ਗਰੀਬ ਦਾ ਕੋਈ ਨੁਕਸਾਨ ਨਾ ਹੋਵੇ ਜੀ, ਆਪਾਂ ਨੂੰ ਇਹਦਾ ਜਦੋਂ ਵੀ ਮਾਮ ਜਾ ਕੇ ਇਹਨਾਂ ਨੂੰ ਦਵਾਇਆ ਜਾਵੇ। ਸਕੂਟਰੀ ਨੂੰ 2 ਮਹੀਨੇ ਹੋ ਗਏ ਜੀ, ਅੱਜ ਪੂਰੇ 15 ਤਰੀਕ ਨੂੰ ਲਈ ਸੀ। ਕੰਪਨੀਆਂ ਨਾਲ ਗੱਲਬਾਤ ਕੀਤੀ ਸੀ ਜੀ ਫੋਨ 'ਤੇ, ਉਹ ਕਹਿੰਦੇ ਇਹਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ, ਅਸੀਂ ਕੁਛ ਨਹੀਂ ਇਹਦੇ ਦੇਣ ਦਾ ਰਹੇਗੇ। ਪਤਾ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ, ਬਸ ਜਦੋਂ ਮੈਨੂੰ ਜਾ ਕੇ ਆਈ ਮੈਂ ਦੇਖੀ ਇਹਨੂੰ ਅੱਗ ਲੱਗ ਰਹੀ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਹੈਪੀ ਹੈ ਜੀ। ਉੱਚੀ ਬੋਲੋ, ਕੀ ਨਾਮ ਹੈ ਜੀ? ਹੈਪੀ ਜੀ। ਭਾਅ ਜੀ, ਕਿਸ ਤਰੀਕੇ ਨਾਲ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ, ਉਹ ਚੀਜ਼ ਨੂੰ ਕਿਵੇਂ ਦੇਖਦੇ? ਭਾਅ ਜੀ, ਜਿਹੜਾ ਨੁਕਸਾਨ ਹੋਇਆ, ਨੁਕਸਾਨ ਤਾਂ ਦੇਖੋ ਮਿਲਣਾ ਚਾਹੀਦਾ ਜੀ। ਇਹ ਵੀ ਗਰੀਬ ਬੰਦੇ ਨੇ ਜੀ, ਚਲੋ ਮੈਂ ਇਹ ਮੁੰਡਾ ਮਤਲਬ ਕੰਮ ਕਰਦਾ ਹੈਗਾ, ਮੈਂ ਉਹਨੂੰ ਲੈ ਕੇ ਦਿੱਤੀ ਸਕੂਟਰੀ ਵੀ, ਚੱਲ ਕੋਈ ਗੱਲ ਨਹੀਂ, ਵੀ ਥੋੜ੍ਹੇ ਥੋੜ੍ਹੇ ਕਰਕੇ ਮੈਨੂੰ ਪੈਸੇ ਕਟਵਾਈ ਚੱਲੀ। ਠੀਕ ਹੈ ਨਾ ਜੀ, ਵੀ ਉਹਨੂੰ ਮੈਂ ਸਕੂਟਰੀ ਦਵਾਈ ਸੀ ਜੀ ਇਹ। ਅਤੇ ਹੁਣ ਆਪਾਂ ਇਹ ਚਾਹੁੰਦੇ ਵੀ ਦੇਖੋ ਉਹਦਾ ਵੀ ਗਰੀਬ ਦਾ ਕੋਈ ਨੁਕਸਾਨ ਨਾ ਹੋਵੇ ਜੀ, ਆਪਾਂ ਨੂੰ ਇਹਦਾ ਜਦੋਂ ਵੀ ਮਾਮ ਜਾ ਕੇ ਇਹਨਾਂ ਨੂੰ ਦਵਾਇਆ ਜਾਵੇ। ਕਿੰਨਾ ਸਮਾਂ ਹੋ ਗਿਆ ਸਕੂਟਰੀ ਨਵੀਂ ਲਈ? ਸਕੂਟਰੀ ਨੂੰ 2 ਮਹੀਨੇ ਹੋ ਗਏ ਜੀ, ਅੱਜ ਪੂਰੇ 15 ਤਰੀਕ ਨੂੰ ਲਈ ਸੀ ਜੀ। ਅੱਛਾ, ਤੁਸੀਂ ਬਿੱਲ ਬੁੱਲ ਸਾਰਾ ਕੁਝ ਤੁਹਾਡੇ ਕੋਲ? ਹਾਂਜੀ ਹਾਂ, ਬਿੱਲ ਮੇਰੇ ਲਵੇ ਹੈ ਜੀ। ਕੰਪਨੀਆਂ ਨਾਲ ਕੀ ਗੱਲਬਾਤ ਕੀਤੀ ਤੁਸੀਂ? ਕੰਪਨੀਆਂ ਨਾਲ ਗੱਲਬਾਤ ਕੀਤੀ ਸੀ ਜੀ ਫੋਨ 'ਤੇ, ਉਹ ਕਹਿੰਦੇ ਇਹਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ, ਅਸੀਂ ਕੁਛ ਨਹੀਂ ਇਹਦੇ ਦੇਣ ਦਾ ਰਹੇਗੇ। ਤਾਂ ਹੁਣ ਤੁਸੀਂ ਮੁਆਵਜ਼ਾ ਮੰਗ ਰਹੇ ਹੋ ਕੰਪਨੀ ਤੋਂ? ਹਾਂਜੀ, ਹੁਣ ਸਾਨੂੰ ਕੰਪਨੀ ਤੋਂ ਮੁਆਵਜ਼ਾ ਦਵਾਇਆ ਜਾਵੇ ਜੀ, ਵੀ ਇਹ ਵੀ ਬੰਦੇ ਦਿਹਾੜੀ ਦੱਪੇ ਵਾਲੇ ਨੇ ਜੀ, ਇਹਨਾਂ ਨੂੰ ਵੀ ਜ਼ਰੂਰਤ ਆ ਸਭ ਕਾਸੇ। ਠੀਕ ਹੈ। ਆਂਟੀ ਕੀ ਨਾਮ ਹੈ ਜੀ? ਮਲਕੀਤ ਕੌਰ। ਉੱਚੀ ਬੋਲਣਾ, ਕੀ ਨਾਮ? ਮਲਕੀਤ ਕੌਰ ਜੀ। ਇਸ ਸਕੂਟੀ ਕਿਹਦੀ ਹੈ ਜੀ? ਇਹ ਮੇਰੇ ਬੇਟੇ ਦੀ ਹੈ ਜੀ। ਅੱਛਾ, ਉਹ ਰਾਤ ਕੀ ਹਾਦਸਾ ਹੋਇਆ, ਕਿਸ ਤਰੀਕੇ ਨਾਲ ਅੱਗ ਲੱਗੀ ਹੈ? ਪਤਾ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ, ਬਸ ਜਦੋਂ ਮੈਨੂੰ ਜਾ ਕੇ ਆਈ ਮੈਂ ਦੇਖੀ ਇਹਨੂੰ ਅੱਗ ਲੱਗ ਰਹੀ। ਮੈਂ ਉਹਦੀ ਮੈਂ ਆਪਦੇ ਮੁੰਡੇ ਨੂੰ ਆਖਿਆ, ਮੈਂ ਕਿਹਾ ਪੁੱਤ ਅੱਗ ਲੱਗ ਰਹੀ ਆ ਕਾਸੇ ਨੂੰ। ਉਹਨੇ ਉਹਦੀ ਉੱਠ ਕੇ ਦੇਖਿਆ ਜਦੋਂ, ਕਹਿੰਦਾ ਮੰਮੀ ਕਹਿੰਦਾ ਸਕੂਟਰੀ ਨੂੰ ਅੱਗ ਲੱਗ ਰਹੀ ਹੈ। ਅੱਛਾ ਜੀ। ਹਾਂ, ਉਹਦੇ ਅਸੀਂ ਸਾਰੇ ਉੱਠ ਕੇ ਬੁਝਾਉਣ ਲੱਗ ਗਏ, ਬਸ ਆਹ ਗੱਲ ਹੋਈ ਆ, ਬਾਤ ਹੋਈ ਆ। ਘਬਰ ਗਏ ਉਸ ਟਾਈਮ ਪੂਰਾ? ਹਾਂ ਜੀ, ਪੂਰਾ ਘਬਰ ਗਿਆ ਸੀ ਵੀ ਆਹ ਕੀ ਬਣ ਗਿਆ, ਕੀ ਬਣਿਆ ਇਹ, ਵੀ ਕਾਸ ਨੇ ਅੱਗ ਲੱਗ ਗਈ, ਕਿਵੇਂ ਲੱਗੀ, ਕੋਲੇ ਸੌਂਗਾ ਸਾਡੇ ਆਹ ਵੀ ਨੁਕਸਾਨ ਹੋਇਆ, ਮੋਟਰਸਾਈਕਲ ਖਿੱਚਿਆ ਇੱਥੇ ਨਵਾਂ ਮੋਟਰਸਾਈਕਲ ਦੀ ਆਹ ਸਾਰੀ ਮੱਚ ਗਈ ਤਾਰਾਂ ਤੂਰਾਂ ਜੀਆਂ, ਕੱਪੜੇ ਧੋਣ ਵਾਲੀ ਆ, ਜਵਾਕਾਂ ਦੇ ਨਵੇਂ ਵਿਆਹ ਹੋਏ ਤੇ ਨਵੇਂ ਸੂਟ ਤੇ ਪਾਏ ਹੋਏ ਮਸ਼ੀਨ 'ਚ, ਉਹ ਸਾਰੇ ਮੱਚ ਗਏ, ਹਰ ਕੇ ਅਸੀਂ ਮਚਾਏ ਅੱਡ। ਹਾਂ, ਕਿਵੇਂ ਦੇਖਦੇ ਆਂਟੀ ਜਦੋਂ ਘਰੇ ਕੋਈ ਨਵਾਂ ਸੰਦ ਆਉਂਦਾ ਬਹੁਤ ਖੁਸ਼ੀ ਹੁੰਦੀ ਆ, ਨਵੀਂ ਤੁਹਾਡੇ ਘਰੇ ਸਕੂਟੀ ਸੀ ਉਹ ਅੱਗ ਲੱਗ ਕੇ ਰਾਖ? ਖੁਸ਼ੀ ਬਥੇਰੀ ਸੀ ਵੀ ਹੁਣ ਅੱਗ ਲੱਗ ਗਈ, ਜਦੋਂ ਐਂ ਹੋ ਗਿਆ ਵੀ ਇਹਨੂੰ ਅੱਗ ਕਿਵੇਂ ਲੱਗੀ ਮੋਟਰ ਸਕੂਟਰੀ ਨੂੰ, ਨਵੀਂ ਨੂੰ, ਪੁਰਾਣੀ ਹੋਵੇ ਆਪਾਂ ਕਹਿ ਦਈਏ। ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਕੰਪਨੀ ਵਾਲੇ ਸਾਫ ਜਵਾਬ ਦੇ ਗਏ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਵੇਂ ਜੀ? ਕੰਪਨੀ ਵਾਲੇ ਤੁਹਾਨੂੰ ਕਹਿ ਕੇ ਅਸੀਂ ਕੁਛ ਨਹੀਂ ਦਿੰਦੇ? ਹਾਂ ਜੀ, ਉਹਨਾਂ ਨੇ ਕਹਿਤਾ ਕੁਛ ਨਹੀਂ ਦਿੰਦੇ, ਇਹ ਦਵਾਈ ਨੇ ਹੈਪੀ ਨੇ ਦਵਾਈ ਆ ਜੀ। ਹੁਣ ਤੁਸੀਂ ਕੀ ਚਾਹੁੰਦੇ ਹੋ ਜਿਹੜਾ ਨੁਕਸਾਨ ਆ ਤੁਹਾਡਾ? ਹੁਣ ਨੁਕਸਾਨ ਜੀ, ਹੁਣ ਸਾਨੂੰ ਤੁਹਾਨੂੰ ਵੀ ਪਤਾ ਅਸੀਂ ਗਰੀਬ ਬੰਦੇ ਵੀ ਕਿੱਥੋਂ ਲੈ ਲਾਂਗੇ, ਹੈ ਨਾ? ਮਸ਼ੀਨ ਆ ਉਹ ਖਰਾਬ ਹੋ ਗਈ ਸਾਡੀ, ਪੱਟੀ ਮਿਸ ਹੋ ਗਈ, ਮੱਚ ਗਈ, ਹੁਣ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ। ਠੀਕ ਹੈ। ਸਕੂਟਰੀ ਦਾ ਮਿਲਣਾ ਚਾਹੀਦਾ ਸਾਨੂੰ, ਮਸ਼ੀਨ ਮੱਚ ਗਈ ਉਹ ਵੀ ਮਿਲਣੀ ਚਾਹੀਦੀ ਆ। ਕੀ ਨਾਮ ਆ ਬਾਈ ਤੁਹਾਡਾ? ਰਣਜੀਤ ਸਿੰਘ ਨਾਮ ਆ ਜੀ, ਪਿੰਡ ਮੇਰਾ ਬਡਰੁੱਖਾਂ ਜੀ। ਰਾਤ ਦੇ 11:45 ਇਹ ਸਕੂਟਰ ਨੂੰ ਅੱਗ ਲੱਗ ਗਈ ਜੀ, ਖੜੀ ਤੀ। ਮੇਰਾ ਬੇਟਾ ਦੁਕਾਨ 'ਤੇ ਲੱਗਿਆ ਹੋਇਆ, ਉਹ ਦੁਕਾਨਦਾਰ ਨੇ ਮੇਰੇ ਬੇਟੇ ਨੂੰ ਲੈ ਕੇ ਦਿੱਤੀ ਵੀ ਆਊ ਜਾਊ। ਇਹ ਰਾਤ ਨੂੰ ਜਦੋਂ ਅੱਗ ਲੱਗ ਗਈ ਜੀ, ਅਸੀਂ ਸਾਰਾ ਵਿਹੜਾ ਇਕੱਠਾ ਹੋ ਕੇ ਭਜਾਉਣ ਲੱਗ ਗਏ, ਅੱਗ ਬੁਝੀ ਨਹੀਂ ਹੈਗੀ ਜੀ ਸਾਥੋਂ। ਇੱਕ ਕੱਪੜੇ ਧੋਣ ਵਾਲੀ ਮਸ਼ੀਨ ਤੀ ਕੋਲ, ਉਹਨੂੰ ਵੀ ਅੱਗ ਲੱਗ ਗਈ ਜੀ। ਅੱਗ ਲੱਗਣ ਦਾ ਕਾਰਨ ਕੀ ਦੇਖਦੇ ਹੋ? ਕੋਈ ਅੱਗ ਲੱਗਣ ਦਾ ਕਾਰਨ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ। ਜਦੋਂ ਖੜੀ ਹੈ ਅਸੀਂ ਪਏ ਹਾਂ ਅੰਦਰ, ਸਾਨੂੰ ਵਿੜਕ ਆਈ ਘਰਦਿਆਂ ਨੂੰ ਵੀ ਆਪਣੇ ਕਾਸੇ ਨੂੰ ਬਾਹਰ ਅੱਗ ਲੱਗ ਰਹੀ ਹੈ।
ਅਸੀਂ ਬਾਹਰ ਨਿਕਲੇ ਜਦੋਂ ਦੇਖਿਆ ਵੀ ਸਕੂਟਰੀ ਨੂੰ ਅੱਗ ਲੱਗ ਰਹੀ ਹੈ। ਇਹ ਸਕੂਟਰੀ ਕਾਰਨ ਸਾਡੀ ਮਸ਼ੀਨ ਨੂੰ ਵੀ ਅੱਗ ਲੱਗ ਗਈ, ਕੱਪੜੇ 'ਤੇ ਜਿਹੜੇ ਉਹਦੇ ਵਿੱਚ ਪਾਏ ਹੋਏ ਪਾਉਣ ਵਾਲੇ ਉਹਨਾਂ ਨੂੰ ਵੀ ਅੱਗ ਲੱਗ ਗਈ। ਹੋਰ ਵੀ ਸਾਡਾ ਕੋਈ ਹਾਸਤਾ ਹੋ ਸਕਦਾ ਸੀ ਜੇ ਗੁਆਂਢੀ ਨਾ ਇਕੱਠੇ ਹੁੰਦੇ ਨਾ ਬੁਝਦੀ। ਲੋਕਾਂ ਨੇ ਕਿੰਨੇ ਕੁ ਲੋਕਾਂ ਨੇ ਬੁਝਾਈ? ਲੋਕ ਘੱਟੋ ਘੱਟ ਜੀ 20-30 ਬੰਦੇ ਤੇ। ਕੀ ਕੀ ਕੋਸ਼ਿਸ਼ ਕਰੀ ਤੁਸੀਂ ਅੱਗ ਬੁਝਾਉਣ ਵਾਸਤੇ? ਅਸੀਂ ਮਿੱਟੀ ਪਾਈ ਹੈ ਜੀ ਇੱਥੇ। ਠੀਕ ਹੈ, ਪਾਣੀ ਪਾਇਆ? ਪਾਣੀ ਤਾਂ ਜੀ ਇੱਧਰ ਮੋਟਰ 'ਤੇ ਗਈ, ਉਹ ਸਾਨੂੰ ਚਲਾਉਣੀ ਮਿਲੀ ਨਹੀਂ, ਅੱਗ ਬਾਹਲੀ ਤੇਜ਼ ਤੀ। ਅੱਛਾ, ਹਾਂਜੀ, ਮੋਟਰ ਨੂੰ ਵੀ ਸਟਾਰਟਰ ਨੂੰ ਵੀ ਅੱਗ ਲੱਗ ਗਈ ਹੈ ਜੀ। ਠੀਕ ਹੈ, ਸਾਰਾ ਘਰ ਵੀ ਕਾਲਾ? ਸਾਰਾ ਘਰ ਕਾਲਾ ਹੋਇਆ ਪਿਆ ਜੀ, ਸਾਡੇ ਅੰਦਰ ਜਾਣ ਨੂੰ ਵੀ ਐਂ ਸੀ ਵੀ ਅੰਦਰ ਜਾਊ ਅੱਗ। ਅਸਲ ਬੈਟਰੀਆਂ ਕਰਕੇ ਦੇਖਦੇ ਹਾਂ ਵੀ ਬੈਟਰੀਆਂ ਕਰਕੇ ਸ਼ਾਰਟ ਸਰਕਟ? ਹਾਂਜੀ, ਸਾਨੂੰ ਐਂ ਹੋਇਆ ਸ਼ੱਕ ਲੱਗਦੀ ਵੀ ਬੈਟਰੀਆਂ ਕਰਕੇ ਸ਼ਾਰਟ ਹੋਈ ਹੈ। ਹਾਂ, ਕਿੰਨਾ ਸਮਾਂ ਹੋਇਆ ਤੁਹਾਨੂੰ ਨਵੀਂ ਲਿਆਂਦੀ ਨੂੰ? ਇਹਨੂੰ 2 ਮਹੀਨੇ ਹੋਏ ਨੇ ਜੀ, ਦੁਕਾਨਦਾਰ ਨੇ ਦਵਾਈ ਤੀ ਵੀ ਚੱਲ ਬੇਟਾ ਆ ਜਾਂਦਾ ਵਗ ਜਾਂਦਾ, ਇਸ ਤਰ੍ਹਾਂ ਕਰਕੇ। ਗਰੀਬ ਬੰਦੇ ਆ ਜੀ ਅਸੀਂ, ਮਜ਼ਦੂਰ ਬੰਦੇ ਆ। 2 ਮਹੀਨੇ ਦੀ ਚੱਲ ਰਹੀ ਹੈ? ਕੋਈ ਪ੍ਰੋਬਲਮ 2 ਮਹੀਨੇ ਦੀ ਚੱਲ ਰਹੀ ਹੈ, ਕੋਈ ਪ੍ਰੋਬਲਮ ਨਹੀਂ ਆਈ, ਉਹਦੇ ਰਾਤ ਨੂੰ ਪ੍ਰੋਬਲਮ ਆਈ ਇਹਨੂੰ। ਅੱਛਾ, ਤੁਸੀਂ ਹੁਣ ਕੰਪਨੀ ਨਾਲ ਗੱਲਬਾਤ ਕੀਤੀ ਹੈ ਜਿੱਥੇ ਵੀ ਇਹ ਹੈਗੀ? ਕੰਪਨੀ ਵਾਲੇ ਜੀ ਇਹਨੇ ਕਰੀ ਤੀ ਆਪਣਾ ਹੈਪੀ ਨੇ ਦਵਾਈ ਤੀ, ਇਹਨੇ ਗੱਲਬਾਤ ਕਰੀ ਤੀ, ਉਹ ਜਵਾਬ ਦੇ ਗਏ ਜੀ ਸਰੇ ਆਮ, ਕਹਿੰਦੇ ਸਾਡਾ ਕੋਈ ਉਹ ਨਹੀਂ ਇਹਦੇ 'ਚ। ਕੀ ਕਹਿੰਦੇ? ਕਹਿੰਦੇ ਅਸੀਂ ਕੁਛ ਨਹੀਂ ਇਹਦਾ ਮੁਆਵਜ਼ਾ ਦੇ ਸਕਦੇ। ਅੱਛਾ, ਹਾਂਜੀ। ਤੁਸੀਂ ਕੰਮ ਕੀ ਕਰਦੇ? ਅਸੀਂ ਦਿਹਾੜੀ ਕਰਦੇ ਹਾਂ ਜੀ, ਮਜ਼ਦੂਰ ਬੰਦੇ ਹਾਂ। ਹੁਣ ਕੀ ਚਾਹੁੰਦੇ ਹੋ ਤੁਸੀਂ? ਇਹਦਾ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ, ਅਸਾਂ ਸਾਰਾ ਉਹੀ ਮਿਲਣਾ ਚਾਹੀਦਾ ਸਾਨੂੰ। ਕੰਪਨੀ ਜ਼ਿੰਮੇਵਾਰ? ਕੰਪਨੀ ਜ਼ਿੰਮੇਵਾਰ ਹੋਣੀ ਚਾਹੀਦੀ ਚੀਜ਼ ਦੀ।